ਸਤਿ ਸ਼੍ਰੀ ਅਕਾਲ ਦੋਸਤੋ। ਇਸ ਸਮੇਂ ਬਹੁਤ ਜਿਹੜੇ ਕੈਨੇਡਾ ਦੇ ਰਿਫਿਊਜ਼ਲਸ ਇੰਨੇ ਜ਼ਿਆਦਾ ਵੱਧ ਗਏ ਨੇ ਕਿ ਸ਼ਾਇਦ ਹੀ ਤੁਸੀਂ ਇੰਨੇ ਕਦੀ ਸੁਣੇ ਹੋਣ। ਇਸ ਸਮੇਂ ਦੇ ਵਿੱਚ ਜਿੰਨੇ ਰਿਜ਼ਲਟ ਅਸੀਂ ਤੈਨੂੰ ਪ੍ਰਡਿਕਟ ਕਰਕੇ ਕਿਹਾ ਸੀਗਾ ਕਿ ਸਾਡੇ ਕੋਲ ਆਲਮੋਸਟ ਸਾਰੇ ਸਾਰੇ ਰਿਜ਼ਲਟ ਅਕਤੂਬਰ ਮਹੀਨੇ ਦੇ ਵਿੱਚ ਕਲੀਅਰ ਹੋ ਜਾਣੇ, ਤੈਨੂੰ ਉਹਦੀ ਹੀ ਉਦਾਹਰਣ ਦਿਖਦੀ ਮਿਲ ਰਹੀ ਹੈ। ਸੋ ਬਹੁਤ ਸਟੂਡੈਂਟਸ ਦੇ ਰਿਜ਼ਲਟ ਆਊਟ ਨੇ ਔਰ ਜਿਹਦੇ ਵਿੱਚੋਂ ਮੈਜੋਰਟੀ ਸਟੂਡੈਂਟਸ ਜਿਹੜੇ ਰਿਫਿਊਜ਼ਲਸ ਆ ਰਹੇ ਆ, ਔਰ ਇਹ ਉਹੀ ਰਿਫਿਊਜ਼ਲਸ ਨੇ ਜਿਹੜੇ ਜਿਨ੍ਹਾਂ ਦੇ ਵਿੱਚੋਂ ਤੁਸੀਂ ਹਾਲੇ ਵੀ ਵੇਖੋਗੇ ਮੈਜੋਰਟੀ ਆਫ ਦਾ ਸਟੂਡੈਂਟ ਸਿਰਫ ਤੇ ਸਿਰਫ ਕਿਊਬਿਕ ਦੇ ਨੇ, ਔਰ ਉਹਨਾਂ ਦੇ ਵਿੱਚੋਂ ਜਿਹੜੇ ਮੇਜਰ ਚੰਕ ਹੈ ਉਹ ਉਹਨਾਂ 10 ਕਾਲਜਸ ਦੇ ਵਿੱਚ ਹੀ ਜਾ ਰਿਹਾ, ਜਿਹਦਾ ਕਰਕੇ ਕਿ ਸਟੂਡੈਂਟਸ ਨੂੰ ਬਹੁਤ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਸੋ ਫਾਈਨਲੀ ਸਟੂਡੈਂਟਸ, ਇਹਦੇ ਵਿੱਚ ਨਥਿੰਗ ਟੂ ਵਰੀ ਅਬਾਊਟ, ਇਹ ਤੁਹਾਡੀ ਕੋਈ ਕਸੂਰ ਨਹੀਂ, ਤੁਹਾਡੀ ਕੋਈ ਗਲਤੀ ਨਹੀਂ ਹੈ, ਤੁਹਾਡੇ ਪ੍ਰੋਫਾਈਲਸ ਵਿੱਚ ਕੋਈ ਕਮੀਆਂ ਨਹੀਂ ਹੈ। ਸਾਨੂੰ ਕਿਤੇ ਨਾ ਕਿਤੇ ਲੱਗਦਾ ਕਿ ਸ਼ਾਇਦ ਮੈਂ ਸਾਲ ਡੇਢ ਸਾਲ ਇੰਤਜ਼ਾਰ ਵੀ ਕੀਤਾ, AIP VI ਚੰਗੇ ਸਟੂਡੈਂਟ ਬਣ ਕੇ ਪੜ੍ਹਦੇ ਵੀ ਰਹੇ, ਔਰ ਉਸ ਤੋਂ ਬਾਵਜੂਦ ਵੀ ਸਾਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ। ਸ਼ਾਇਦ ਮੇਰੇ ਵਿੱਚ ਕੋਈ ਖਰਾਬੀ ਹੈ, ਸ਼ਾਇਦ ਬਾਬਾ ਮੇਰੇ ਨਾਲ ਨਾਰਾਜ਼ ਹੈ, ਸ਼ਾਇਦ ਮਤਲਬ ਕਿਤੇ ਨਾ ਕਿਤੇ ਕੋਈ ਗੜਬੜ ਮੇਰੇ ਵਾਲੇ ਪਾਸੇ ਹੋ ਰਹੀ ਹੈ, ਬਟ ਯਕੀਨ ਮੰਨੋ ਇਹਦੇ ਨਾਲ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਸਥਿਤੀ ਹੈਗੀ ਹੈ ਕਿਊਬਿਕ ਦੀ ਇੰਟਰਨਲ ਪਾਲਿਸੀ ਦੀ, ਜਾਂ ਕਿਊਬਿਕ ਦੇ ਉੱਪਰ ਜੋ ਅਸੀਂ ਜ਼ਰੂਰਤ ਤੋਂ ਜ਼ਿਆਦਾ ਮਾਰਕੀਟਿੰਗ ਦਾ ਜਿਹੜਾ ਅਸੀਂ ਜ਼ੋਰ ਦੇ ਦਿੱਤਾ। ਸੋ ਕਿਊਬਿਕ ਦੇ ਉੱਪਰ ਅਸੀਂ ਜ਼ਰੂਰਤ ਤੋਂ ਵੱਧ ਮਾਰਕੀਟਿੰਗ ਕੀਤੀ, ਜਿਹਦਾ ਕਰਕੇ ਕਿ ਸਟੂਡੈਂਟਸ ਨੂੰ, ਜਿੱਦਾਂ ਸਟੂਡੈਂਟਸ ਪੂਰੇ ਕੈਨੇਡਾ 'ਚ ਵੰਡ ਵੰਡ ਕੇ ਜਾ ਰਹੇ ਸੀ, ਇੱਕੋ ਜਗ੍ਹਾ ਦੇ ਉੱਪਰ ਸਟੂਡੈਂਟਸ ਦੀ ਸਭ ਤੋਂ ਵੱਧ ਭਰਮਾਰ ਹੋਈ, ਔਰ ਹੁੰਦੀ ਵੀ ਕਿਉਂ ਨਾ, ਕਿਉਂਕਿ ਮਾਰਕੀਟਿੰਗ ਵੀ ਇਸੇ ਤਰੀਕੇ ਦੀ ਹੋਈ ਸੀਗੀ, ਔਰ ਉਸੇ ਚੀਜ਼ ਨੇ ਜਿਹਨੂੰ ਅਸੀਂ ਕਹਿੰਦੇ ਬੰਪਰ ਸਟੂਡੈਂਟਸ ਨੇ ਹੀ ਪ੍ਰੋਬਲਮ ਜਿਹੜੀ ਪੈਦਾ ਕੀਤੀ ਹੈ। ਔਰ ਤੁਸੀਂ ਵੇਖਿਆ ਕਿ ਇੰਨੀ ਜ਼ਿਆਦਾ ਕਪੈਸਿਟੀ ਨਹੀਂ ਸੀ, ਜਾਂ ਇੰਨਾ ਜ਼ਿਆਦਾ ਸ਼ੇਅਰ ਨਹੀਂ ਸੀ ਕਿਊਬੈਕ ਦਾ ਇੰਟਰਨੈਸ਼ਨਲ ਸਟੂਡੈਂਟਸ ਦੇ ਮਾਮਲੇ ਵਿੱਚ, ਜਿੰਨਾ 3-4 ਸਾਲਾਂ ਦੇ ਵਿੱਚ ਵੱਧ ਗਿਆ ਸੀ, ਔਰ ਇਸੇ ਚੀਜ਼ ਨੂੰ ਹੀ ਵੇਖਦੇ ਹੋਏ ਕਿਊਬਿਕ ਨੂੰ ਸਪੈਸ਼ਲੀ ਫੜਿਆ ਗਿਆ, ਕਿਊਬਿਕ ਨੂੰ ਸਪੈਸ਼ਲੀ ਕਾਇੰਡ ਆਫ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਪਨਿਸ਼ ਕੀਤਾ ਗਿਆ। ਇਹ ਸਟੂਡੈਂਟਸ ਨਾਲ ਇੱਕ ਟ੍ਰੀਟਮੈਂਟ ਕਰਕੇ ਦਿਖਾਇਆ ਗਿਆ ਕਿ ਅਸੀਂ ਤੁਹਾਡੇ ਨਾਲ ਡਿਸਕ੍ਰੀਮੀਨੇਸ਼ਨ ਨਹੀਂ ਕਰਦੇ ਹੋਏ ਵੀ ਅਸੀਂ ਤੁਹਾਡੇ ਨਾਲ ਵਾਕਿਆ ਹੀ ਕੋਈ ਮਾੜਾ ਸਲੂਕ ਕਰ ਸਕਦੇ ਹਾਂ। ਸੋ ਅੰਗਰੇਜ਼ੀ ਦਾ ਅੱਖਰ ਆ ਡਿਸਕ੍ਰੀਮੀਨੇਸ਼ਨ, ਪਰ ਮਾੜਾ ਸਲੂਕ ਸਾਡੇ ਹਿਸਾਬ ਨਾਲ ਬਿਲਕੁਲ ਹੋਇਆ ਸਟੂਡੈਂਟਸ ਦੇ ਨਾਲ। ਸੋ ਸਟੂਡੈਂਟਸ, ਇਸ ਸਮੇਂ ਦੇ ਵਿੱਚ ਜਿਹੜੇ ਸਟੂਡੈਂਟਸ ਦੇ ਰਿਫਿਊਜ਼ਲਸ ਆਏ ਆ, ਜਾਂ ਜਿਨ੍ਹਾਂ ਦੇ ਹਾਲੇ ਵੀ ਕਈਆਂ ਦੇ ਬੱਚਿਆਂ ਦੇ ਜਿਹੜੇ 5-7% ਸਟੂਡੈਂਟ ਬਚੇ ਨੇ, ਉਹਨਾਂ ਦੇ ਹਾਲੇ ਵੀ ਰਿਜ਼ਲਟ ਆਉਣ ਵਾਲੇ, ਉਹ ਕੀ ਕਰਨ? ਸੋ ਫਾਈਨਲੀ ਜਿਨ੍ਹਾਂ ਦੇ ਰਿਜ਼ਲਟਸ ਹਾਲੇ ਤੱਕ ਆਊਟ ਨਹੀਂ ਆ, ਉਹ ਐਗਜੈਕਟਲੀ ਕੀ ਕਰਨ ਕਿ ਟੇਕ ਇਟ ਫੋਰ ਗਰੰਟਡ, ਕਿ ਇਹ ਮੰਨ ਕੇ ਚੱਲੋ ਕਿ ਹੋ ਸਕਦਾ ਤੁਹਾਡਾ ਜਿਹੜਾ ਰਿਜ਼ਲਟ ਰਿਫਿਊਜ਼ਲ ਵੱਲੋਂ ਜ਼ਿਆਦਾ ਹੋਵੇ। ਬਿਕੋਜ਼ ਤੁਸੀਂ ਵੇਖੋ, AIP ਚੰਗੇ ਸਟੂਡੈਂਟ ਨੂੰ ਮਿਲਦੀ ਹੈ, AIP ਦੇ ਬਾਅਦ ਜਿਹੜਾ ਰਿਫਿਊਜ਼ਲ ਹੈ ਉਹਦਾ ਮਤਲਬ ਹੈ ਕਿ ਤੁਹਾਡੇ ਪ੍ਰੋਫਾਈਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸਿਰਫ ਤੇ ਸਿਰਫ ਕਿਊਬਿਕ ਦੀ ਟ੍ਰੀਟਮੈਂਟ ਅਲੱਗ ਤਰੀਕੇ ਨਾਲ ਹੋਈ, ਸਿਰਫ ਉਹ ਕਿਊਬਿਕ ਦੇ ਵਿੱਚ ਸਟੂਡੈਂਟਸ ਨੂੰ ਡਿਸਕਰੇਜ ਕਰਨ ਦਾ ਇੱਕ ਫਾਰਮੂਲਾ ਬਣਾਇਆ ਗਿਆ ਕਿ ਇੱਕਦਮ ਜਮਾਵੜਾ ਜਿਹੜਾ ਸਟੂਡੈਂਟ ਦਾ ਹੋ ਰਿਹਾ ਉਹ ਨਾ ਹੋਵੇ। ਸੋ ਹੁਣ ਕੀ ਕੀਤਾ ਕੀ ਜਾਵੇ? ਚਾਹੇ ਰਿਜ਼ਲਟ ਆ ਗਿਆ ਚਾਹੇ ਨਹੀਂ ਆ ਗਿਆ, ਅਗਰ ਤੇ ਆ ਗਿਆ ਪੋਜ਼ਿਟਿਵ ਆ ਗਿਆ, ਚੜ੍ਹਦੀ ਕਲਾ 'ਚ ਜਾਓ ਔਰ ਪਰਮਾਤਮਾ ਤੁਹਾਨੂੰ ਗਾਂ ਕਾਮਯਾਬੀ ਬਖਸ਼ੇ। ਅਗਰ ਰਿਜ਼ਲਟ ਹਾਲੇ ਤੱਕ ਆਇਆ ਨਹੀਂ ਆ ਜਾਂ ਨੈਗੇਟਿਵ ਆਇਆ, ਸੋ ਕੁਇਕਲੀ ਆਪਣੀਆਂ ਸੀਟਸ ਜੈਨ ਇਨਟੇਕ ਦੀਆਂ ਬੁੱਕ ਕਰ ਲਓ। ਚਾਹੇ ਰਿਜ਼ਲਟ ਨਹੀਂ ਵੀ ਆਇਆ ਤਾਂ ਵੀ ਸ਼ਾਇਦ ਸੁਣ ਕੇ ਤੁਹਾਨੂੰ ਅਟਪਟਾ ਜ਼ਰੂਰ ਲੱਗੇਗਾ, ਬਟ ਸਟਿਲ ਬੁੱਕ ਯੂਅਰ ਸੀਟਸ, ਇਮੀਡੀਏਟਲੀ ਆਪਣੀਆਂ ਸੀਟਸ ਬੁੱਕ ਕਰ ਲਓ ਜਨਵਰੀ ਦੀਆਂ। ਬਿਕੋਜ਼ ਜਨਵਰੀ ਦੇ ਵਿੱਚ ਜਿਹੜੇ ਰਿਜ਼ਲਟਸ ਆ ਉਹ ਕਿਤੇ ਕਿਤੇ ਜ਼ਿਆਦਾ ਬਿਹਤਰ ਹੋਣਗੇ। ਇਹ ਮੈਂ ਕਿਉਂ ਕਹਿ ਰਿਹਾ? ਬਿਕੋਜ਼ ਕਿਊਬਿਕ ਦੇ ਵਿੱਚ ਜਾਂ ਲਾਸਟ ਟਾਈਮ ਕੈਨੇਡਾ ਦੇ ਵਿੱਚ ਹੋਇਆ ਕੀ ਹੈ ਕਿ ਜਿੰਨੇ ਸਟੂਡੈਂਟਸ ਨੇ ਅਪਲਾਈ ਕੀਤਾ ਸੀ ਉਹ ਡਿਮਾਂਡ ਐਂਡ ਸਪਲਾਈ ਦੀ ਇਕੁਏਸ਼ਨ ਦੇ ਉੱਪਰ, ਸਟੂਡੈਂਟਸ ਦੀ ਡਿਮਾਂਡ ਦੇ ਮੁਕਾਬਲੇ ਸਪਲਾਈ 1.5-2 ਸਾਲ ਦੀ ਭਾਰੀ ਪੈ ਗਈ, ਜਿਹਦਾ ਕਰਕੇ ਅੱਧੇ ਸਟੂਡੈਂਟਸ ਨੂੰ ਸ਼ਰੇਆਮੀ ਮਤਲਬ ਜਿਹੜਾ ਅੱਧੇ 50% ਸਟੂਡੈਂਟਸ ਨੂੰ ਰਿਫਿਊਜ਼ਲਸ ਦਾ ਸਾਹਮਣਾ ਕਰਨਾ ਪਿਆ। ਬਟ ਇਹ 50% ਚੰਕ ਕੋਈ ਬੈਡ ਸਟੂਡੈਂਟਸ ਦਾ ਨਹੀਂ ਹੈ, ਇਹ 50% ਜਿਹੜਾ ਇਹ ਅਬਜ਼ੋਰਵ ਅਗਰ ਹੋ ਸਕਦਾ ਜੈਨ ਇਨਟੇਕ ਦੇ ਵਿੱਚ, ਤੇ ਜਨਵਰੀ ਇਨਟੇਕ ਬਹੁਤ ਸਮੂਥ ਹੈ। ਬਿਕੋਜ਼ ਹਾਲੇ ਤੱਕ ਸੈਪਟੰਬਰ ਇਨਟੇਕ ਦੇ ਵਿੱਚ ਕੀ ਹੈ ਕਿ ਮਈ ਵੀ ਡੈਫਰ ਹੋ ਕੇ ਆਇਆ, ਜੈਨ ਵੀ ਡੈਫਰ ਹੋ ਕੇ ਆਇਆ, ਸੋ ਪਿਛਲੀਆਂ 5-7 ਡੈਫਰਮੈਂਟਸ ਉਹ ਸੈਪਟੰਬਰ ਦੇ ਉੱਪਰ ਆ ਪਈਆਂ। ਇਸੇ ਕਰਕੇ ਜਿਹੜੀ ਅੰਬੈਸੀ ਨੇ ਤਰੀਕ ਦਿੱਤੀ ਸੀ 6 ਅਗਸਤ ਦੀ, ਉਹ ਅਕਤੂਬਰ ਤੱਕ ਆ ਗਈ, ਔਰ ਇਸੇ ਕਰਕੇ ਅੰਬੈਸੀ ਨੇ ਕਿ ਫਰਦਰ ਕਿਤੇ ਸਾਨੂੰ ਫਿਰ ਕਿਸੇ ਇਹੋ ਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ ਕਿ ਸਟੂਡੈਂਟਸ ਦਾ ਇੱਕਦਮ ਬੈਕਲੌਗ ਦੁਬਾਰਾ ਵੱਧ ਜਾਵੇ, ਅੰਬੈਸੀ ਨੇ ਕੋਈ ਚੀਜ਼ ਡਿਕਲੇਅਰ ਵੀ ਨਹੀਂ ਕੀਤੀ। ਸੋ ਅਸੀਂ ਤੁਹਾਨੂੰ ਆਪਣੇ ਤਜਰਬੇ ਨਾਲ ਜ਼ਰੂਰ ਦੱਸਦੇ ਰਹੇ ਹਾਂ ਕਿ ਜਿਹੜੇ ਤੁਹਾਡੇ ਰਿਜ਼ਲਟਸ ਆ ਉਹ ਇੰਨੀ ਤਰੀਕ ਤੱਕ ਆਉਣਗੇ, ਔਰ ਤਕਰੀਬਨ ਉਸੇ ਹਿਸਾਬ ਨਾਲ ਆਏ ਵੀ। ਸੋ ਜਨਵਰੀ ਇਨਟੇਕ ਇਜ਼ ਗੋਇੰਗ ਟੂ ਬੀ ਵੈਰੀ ਸਮੂਥ। ਸੋ ਜਿਹੜੇ ਸਟੂਡੈਂਟਸ ਨੇ ਜਨਵਰੀ ਦੇ ਵਿੱਚ ਸੀਟਸ ਲੈਣੀਆਂ ਆ, ਹਾਲੇ ਵੀ ਬਹੁਤ ਸਾਰੇ ਪਬਲਿਕ ਸਕੂਲਸ ਦੇ ਵਿੱਚ, ਪਬਲਿਕ ਕਮਿਊਨਿਟੀ ਕਾਲਜਿਸ ਵਿੱਚ ਸੀਟਸ ਪਈਆਂ ਨੇ। ਸੋ ਇੱਕ ਵਾਰੀ ਸੀਟਸ ਦੁਬਾਰਾ ਰਿਵਾਈਜ਼ ਹੋਈਆਂ ਨੇ ਟੋਰੋਂਟੋ ਰੀਜਨ ਦੇ ਵਿੱਚ, ਈਵਨ ਤੁਹਾਨੂੰ ਟੋਰੋਂਟੋ, ਬ੍ਰੈਂਪਟਨ, ਮਤਲਬ ਆਸੇ ਪਾਸੇ ਜਿਹੜੇ ਤੁਹਾਡੇ ਪ੍ਰੈਫਰਡ ਡੈਸਟੀਨੇਸ਼ਨਸ ਨੇ ਉਹਨਾਂ ਦੇ ਉੱਪਰ, ਅੰਟੈਰੀਓ ਦੇ ਵਿੱਚ ਤੁਹਾਨੂੰ, ਕਿਊਬਿਕ ਦੇ ਵਿੱਚ, ਕਿਊਬਿਕ ਨੂੰ ਫਿਲਹਾਲ ਸੌਰੀ ਛੱਡਣਾ ਪਊਗਾ ਸਾਨੂੰ, ਸੋ ਵੈਨਕੂਵਰ ਦੇ ਵਿੱਚ ਤੁਹਾਨੂੰ, ਮੈਨੀਟੋਬਾ ਦੇ ਵਿੱਚ ਸਾਨੂੰ ਕਿਤੇ ਨਾ ਕਿਤੇ ਸੀਟਸ ਦੀ ਅਵੇਲੇਬਿਲਟੀ ਮਿਲੇਗੀ।
और कितने कितने ये भी हो रहा है कि जनवरी फुल है, जनवरी तो बाद मई दियां भी ओपन ने, सितंबर दियां सीट्स भी ओपन ने। यकीन मनो कैनेडा दे नाल रुसना नहीं है, कैनेडा दे नाल जिहड़ा अपना प्यार है बरकरार रहेगा। और कैनेडा विच जनवरी तो बाद मई भी स्मूथ रहेगा, मई तो बाद सितंबर भी स्मूथ रहेगा, और इसे तरीके नाल स्मूथ रहेगा जिस तरीके नाल पहला रहा करता सी, क्योंकि कैनेडा दे विच थोड़े समय लिए सिचुएशन जिहड़ी डामाडोल हुई है, थोड़े समय दे विच AIP नाम का अखर आया, थोड़े समय के अंबैसी लगा सी जां IRCC लगा सी कि अपनी जिहड़ी असीं स्टूडेंट्स की बादशाहत वह ना गवा लीए। यह भी एक वड्डा कारण रहा कि स्टूडेंट्स की रिक्रूटमेंट नूं कोविड के समय के भी रोकया नहीं गया, स्टूडेंट्स की प्रोसैसिंग नूं भी किसी ना किसी तरीके नाल मतलब उन्हें कैरी ऑन करने की कोशिश की गई। सो फाइनली बहुत सारे रीजनस रहे हैं जिन्होंने स्टूडेंट्स जिहड़ियां स्टूडेंट्स दीआं प्रॉब्लम हुई। सो फाइनली उम्मीद करते हैं आने वाला सफर तुहाडा जिहड़ा बेहतर रहेगा और कैनेडा तुहाडा एक बखूबी एक चंगे एजुकेशन पार्टनर वजों साथ देगा। सो अगर तुसीं मैनूं नहीं जानते, मेरा नाम अरविंदर पाल सिंह है, पिछले लगभग 22 साल तो मैं इहो जी इनफॉर्मेशनल वीडियोस तुहाडे नाल हमेशा शेयर करते आ रहे हैं, और अगर तुसीं इहो जी जानकारी चाहते हो काइंडली साडे नाल जुड़े रहो, सबसक्राइब करो और इस इनफॉर्मेशन उन्हां लोकां तक जरूर शेयर कर दिया करो जिन्हां लई वाकई मायने रखती हो सकती है। सत श्री अकाल जी।